ਚੋਰਾਂ ਨੇ ਹੁਣ ਇੱਕ ਦਵਾਈਆਂ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਚੋਰਾਂ ਦੀ ਤਸਵੀਰ ਸੀਸੀਟੀਵੀ ਦੇ ਵਿੱਚ ਰਿਕਾਰਡ ਹੋਈ ਹੈ। ਜਦੋਂ ਤਿੰਨ ਚੋਰ ਮੋਟਰਸਾਈਕਲ ਤੇ ਆਉਂਦੇ ਨੇ ਤੇ ਦੁਕਾਨ ਦਾ ਸ਼ਟਰ ਤੋੜਦੇ ਨੇ ਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਅਤੇ ਦੁਕਾਨ ਦੇ ਅੰਦਰ ਵੜ ਕੇ ਦੁਕਾਨ ਦਾ ਕੋਨਾ ਕੋਨਾ ਚੈੱਕ ਕਰਦੇ ਨੇ ਤੇ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। ਚੋਰ ਦੁਕਾਨ ਦੇ ਵਿੱਚੋਂ ਨਗਦੀ ਤੇ ਦੁਕਾਨਦਾਰ ਦੇ ਚੈੱਕ ਲੈ ਕੇ ਰਫੂ ਚੱਕਰ ਹੋ ਗਏ। ਫਿਲਹਾਲ ਦੁਕਾਨ ਦੇ ਮਾਲਕ ਦੇ ਅਨੁਸਾਰ ਚੋਰਾਂ ਨੇ ਉਸਦਾ ਕਰੀਬ 60 ਤੋਂ 65 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਅਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੋਰਾਂ ਨੇ ਉਹਨਾਂ ਦੀ ਦੁਕਾਨ ਨੂੰ ਨਿਸ਼ਾਨਾ ਰਾਤ ਦੇ ਕਰੀਬ 2:30 ਵਜੇ ਬਣਾਇਆ। ਫਿਲਹਾਲ ਪੁਲਿਸ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਚੋਰੀ ਦੀ ਇਹ ਘਟਨਾ ਜਲੰਧਰ ਤੋਂ ਸਾਹਮਣੇ ਆਈ ਹੈ। ਕੁਛ ਨਹੀਂ, ਦੁਕਾਨ ਸਵੇਰੇ ਖੋਲਣ ਲੱਗੇ ਤਾਂ ਦੇਖਿਆ ਸ਼ਟਰ ਟੁੱਟਾ ਹੋਇਆ ਪਿਆ ਤੇ ਅੰਦਰ ਜਾ ਕੇ ਦੇਖਿਆ ਕਿ ਚੋਰੀ ਹੋਈ ਪਈ ਹੈ, ਸਾਡਾ ਕੈਸ਼ ਕੱਢਿਆ ਹੋਇਆ ਪਲੱਸ ਸਾਡਾ ਉਹਦਾ ਨੁਕਸਾਨ ਕੀਤਾ ਹੋਇਆ, ਸਮਾਨ ਸਮੂਹ ਚੱਕ ਕੇ ਲੈ ਗਏ ਹੈਗੇ। ਕਿੰਨੇ ਦਾ ਨੁਕਸਾਨ ਹੋਇਆ? ਤਕਰੀਬਨ 50-60 ਹਜ਼ਾਰ ਦਾ ਨੁਕਸਾਨ ਹੋ ਗਿਆ, ਜਿਹਦੇ 40-45 ਹਜ਼ਾਰ ਦਾ ਕੈਸ਼ ਹੈਗਾ, ਬਾਕੀ ਸਾਡਾ ਉਹਦਾ ਨੁਕਸਾਨ ਕਰਤਾ, ਚੀਜ਼ਾਂ ਚੱਕ ਕੇ ਲੈ ਗਏ, ਕੁਛ ਚੈੱਕ ਬੁੱਕਸ ਵੀ ਮਿਸਪਲੇਸ ਹੈਗੀਆਂ ਮੇਰੀਆਂ, ਉਹ ਵੀ ਦੇਖਣਾ ਪੈਣਾ ਸਾਰਾ ਕਰਕੇ। ਸਰ ਕੰਪਲੇਂਟ ਬੈਂਕਾਂ ਦੀਆਂ ਚੈੱਕ ਬੁੱਕਸ ਹੈਗੀਆਂ ਸਾਰੀਆਂ, ਇਹਨਾਂ ਨੇ ਮਿਸਪਲੇਸ ਕੀਤੀਆਂ ਹੋਈਆਂ, ਕੱਢੀਆਂ ਹੋਈਆਂ। ਸਰ ਕੰਪਲੇਂਟ ਕੀਤੀ ਹੈ? ਕੰਪਲੇਂਟ ਹਾਂਜੀ ਕਰ ਦਿੱਤੀ, 8 ਨੰਬਰ ਥਾਣੇ 'ਚ। ਕੋਈ ਆਇਆ? ਕੋਈ ਬਸ ਆ ਰਹੇ ਹੈਗੇ, ਕਹਿ ਰਹੇ ਕਾਲ ਆ ਰਹੀ ਆ, ਆਏ ਨਹੀਂ। ਤੇ ਜਿਹੜੇ ਕੈਮਰੇ ਸਰ ਉਹਨਾਂ ਨੇ ਉੱਪਰ ਕੀਤੇ? ਹਾਂਜੀ ਸਾਰੇ ਕੈਮਰੇ ਉਹਨਾਂ ਨੇ ਉੱਪਰ ਕਰ ਦਿੱਤੇ, ਦੋਨੋਂ ਸਾਈਡ ਦੇ ਕੈਮਰੇ ਸਾਰੇ ਉੱਪਰ ਕਰ ਦਿੱਤੇ। ਹੋਰ ਕੋਈ? ਹਾਂਜੀ ਬਾਕੀ ਕਿਹੜੀ ਜਗ੍ਹਾ ਤੇ ਹੋਈ? ਹਾਂਜੀ ਸੋਡਲ ਚੌਕ ਦੇ ਵਿੱਚ ਜੀ, ਨਿਪੁਨ ਫਾਰਮਾ। ਬਾਕੀ ਤਾਂ ਜੇ ਪੁਲਿਸ ਆਏਗੀ ਤਾਂ ਅੰਦਰ ਸਾਰੀਆਂ ਚੀਜ਼ਾਂ ਦੇਖਾਂਗੇ, ਹੋਰ ਕਿੰਨੇ ਨੁਕਸਾਨ ਹੋਇਆ। ਮੇਨ ਜਿਹੜਾ ਅੰਦਰ ਜਾ ਕੇ ਨੁਕਸਾਨ ਹੈ, ਬਾਕੀ ਕਿਸੇ ਚੀਜ਼ਾਂ ਨੂੰ ਅਸੀਂ ਹੱਥ ਨਹੀਂ ਲਾਇਆ, ਹਜੇ ਤੱਕ ਪੁਲਿਸ ਨਹੀਂ ਆਈ ਹੈਗੀ। ਜਿੱਦੇ ਪੁਲਿਸ ਆਉਂਦੀ ਹੈ ਫਿਰ ਉਸ ਤੋਂ ਬਾਅਦ ਦੇਖਦੇ ਹਾਂ, ਖੋਲਦੇ ਫਰੰਟ ਤੋਂ ਟਫਨ ਤਾਂ ਨਹੀਂ ਤੋੜਿਆ ਹੈਗਾ ਜਾਂ ਫਰਿੱਜ ਦਾ ਹੋਰ ਸਮਾਨ ਦਾ ਨੁਕਸਾਨ ਤਾਂ ਨਹੀਂ ਕੀਤਾ ਹੋਇਆ। ਕਿੰਨੇ ਵਜੇ ਹੋ ਗਈ? 1:30 ਵਜੇ ਦਾ ਟਾਈਮ ਹੋਏਗਾ ਜਦੋਂ ਚੋਰੀ ਹੋਈ। ਫੁਟੇਜ ਹੈਗੀ ਹੈ ਤੁਹਾਡੇ ਕੋਲ? ਫੁਟੇਜ ਹਾਂਜੀ ਅਸੀਂ ਦੇਖ ਰਹੇ ਹਾਂ, ਕੱਢ ਗਏ। ਠੀਕ, ਕੀ ਨਾਮ ਹੈ ਜੀ ਆਪਣਾ? ਅੱਜ ਚੋਰੀ ਹੋਈ ਹੈ, ਦੱਸ ਦਿਓ ਉਹਦੇ ਬਾਰੇ, ਤੁਸੀਂ ਮੌਕੇ ਤੇ ਪਹੁੰਚੇ? ਮੈਨੂੰ 10:30 ਵਜੇ ਇਨਫੋਰਮੇਸ਼ਨ ਮਿਲੀ ਹੈ, ਮੈਂ ਆਇਆ ਦੇਖਿਆ ਤੇ ਚੋਰਾਂ ਨੇ, 3 ਚੋਰ ਆਏ ਆ ਸੀਸੀਟੀਵੀ ਦੇ ਹਿਸਾਬ ਨਾਲ, ਉਹਨਾਂ ਨੇ ਸ਼ਟਰ ਤੋੜ ਕੇ ਅੰਦਰ ਐਂਟਰ ਹੋਏ ਆ। ਮਾਲਕ ਦੇ ਕਹਿਣ ਮੁਤਾਬਕ ਇਹਨਾਂ ਦਾ 60-70 ਹਜ਼ਾਰ ਰੁਪਇਆ ਕਹਿੰਦੇ ਲੋਸ ਹੋਇਆ। ਕੋਈ ਸੀਸੀਟੀਵੀ 'ਚ ਵੀ ਇਹਨਾਂ ਦੀ ਫੁਟੇਜ ਆਈ ਹੈਗੀ? ਸੀਸੀਟੀਵੀ 'ਚ ਫੁਟੇਜ ਆਈ ਹੈ ਪਰ ਉਹ ਕਲੀਅਰ ਨਹੀਂ ਸ਼ੋ ਹੋਈ। ਕਿੰਨੇ ਬੰਦੇ ਆ ਸੀਸੀਟੀਵੀ ਜਾਪਦੇ ਜੀ? 3 ਬੰਦੇ। ਸਰ ਗੱਲ ਕੀਤੀ ਜਾਵੇ ਤਾਂ ਬੀਤੀ ਰਾਤ 2 ਜਗ੍ਹਾ ਹੋਰ ਵੀ ਚੋਰੀ ਹੋਈ ਹੈ, ਇਸ ਜਗ੍ਹਾ ਪਾ ਕੇ 3 ਹੋ ਗਈ ਹੈ, ਬਾਕੀ ਹੋਰ ਹਾਲੇ ਇਨਫੋਰਮੇਸ਼ਨ ਨਹੀਂ ਆਈ ਹੈਗੀ। ਉਸ ਬਾਰੇ ਕੀ ਕਹਿਣਾ ਚਾਹੋਗੇ ਕਿ ਲਾਸਟ ਟਾਈਮ ਗੀਤਾ ਮੈਡੀਕਲ ਵੱਲ ਦੀ ਵੀ ਚੋਰੀ ਹੋਈ ਸੀ, ਦੱਸਿਆ ਜਾ ਰਿਹਾ ਕਿ ਇਹਦਾ ਮਹਿੰਦਰਾ ਜਿਹੜਾ ਸੇਮ ਮਿਲਦਾ ਹੈਗਾ। ਇਸ ਜਦੋਂ ਇੱਥੇ ਚੋਰੀ ਹੋਈ ਹੈ ਉਦੋਂ 1:30 ਵਜੇ ਦਾ ਟਾਈਮ ਸੀ ਜੀ, ਜਿਹੜੀਆਂ ਪਹਿਲੀਆਂ ਚੋਰੀ ਹੋਈ ਉਹਨਾਂ ਬਾਰੇ ਮੈਨੂੰ ਪੁੱਛਣਾ। ਤਾਂ ਸਰ ਤੁਸੀਂ ਖੁਰਾਨਾ ਵਾਲੇ ਦੀ ਕੰਪਲੇਂਟ ਆਈ ਹੈ ਜਾਂ ਦੂਸਰੇ ਜਿਹੜੇ ਮੇਰੇ ਨੌਲੇਜ ਕਿਸੇ ਬੈਂਕ ਸਾਹਮਣੇ ਵੀ ਚੋਰੀ ਹੋਈ ਹੈ? ਮੇਰੀ ਨੌਲੇਜ ਚੋਰਾਂ ਨੂੰ ਲੱਭਣ ਦੀ ਕੋਸ਼ਿਸ਼ ਕਰੀ ਦੀ ਆ, ਫੜ ਫੜ ਕੇ ਜੇਲ੍ਹ ਚ ਵੀ ਭੇਜੀ ਦੇ ਆ, ਇਹਨੂੰ ਵੀ ਜਲਦੀ ਤੋਂ ਜਲਦੀ ਫੜਨ ਦੀ ਕੋਸ਼ਿਸ਼ ਕਰ ਰਹੇ। ਦੁਕਾਨਦਾਰ ਦੇ ਦੱਸਣ ਦੇ ਮੁਤਾਬਕ ਜਿਹੜਾ 112 ਤੇ ਕਾਲ ਕੀਤੀ, 8:30 ਵਜੇ ਦੀ ਕਾਲ ਕੀਤੀ ਹੈ, ਉਹਦੇ ਬਾਰੇ ਕੀ ਕਹੋ? 8:30 ਵਜੇ ਦੀ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ, ਮੈਨੂੰ 10:30 ਵਜੇ ਇਨਫੋਰਮੇਸ਼ਨ ਮਿਲੀ। ਸਰ ਕਿਹੜੇ ਥਾਣੇ ਤੋਂ ਆਏ ਹੋ? ਚੌਂਕੀ ਫੋਟੋ ਪੈਂਟ ਦੀ। ਕੀ ਕਾਰਵਾਈ ਕੀਤੀ ਜਾ ਰਹੀ? ਡੀਐਸਆਈ ਨਾਲ ਜੀ ਸਰ। ਔਰ ਤੁਸੀਂ ਹੁਣ ਕਾਰਵਾਈ ਕੀ ਕਰੋਗੇ? ਕਾਰਵਾਈ ਲੋੜੀਂਦੀ ਕਾਰਵਾਈ ਬਿਆਨਾਂ ਦੇ ਆਧਾਰ ਤੇ ਜੋ ਬਣੂ ਜੋ ਕਰਾਂਗੇ ਜੀ। ਧੰਨਵਾਦ ਜੀ।